ਸਤਿ ਸ਼੍ਰੀ ਅਕਾਲ ਐਵਰੀਵਨ, ਵੈਲਕਮ ਟੂ ਮਾਈ ਨਿਊ ਵਲੌਗ। ਅਤੇ ਗਾਇਜ਼, ਆਈ ਹੋਪ ਸਾਰੇ ਬਹੁਤ ਸਹੀ ਹੋਣਗੇ। ਅਤੇ ਗਾਇਜ਼, ਅੱਜ ਆਪਾਂ ਪਹੁੰਚੇ ਹਾਂ ਨਾਇਗਰਾ ਫਾਲਸ। ਕਦੇ ਮੈਂ ਠੰਡ 'ਚ ਆਇਆ ਨਹੀਂ, ਅਤੇ ਮੈਂ ਕਿਹਾ ਚਲੋ ਅੱਜ ਆਪਾਂ ਆਏ ਹਾਂ ਅਤੇ ਅੱਜ ਤੁਹਾਨੂੰ ਵੀ ਐਕਸਪੀਰੀਅੰਸ ਕਰਾ ਦਈਏ ਕੁਛ ਨਵਾਂ। ਅਤੇ ਆਈ ਹੋਪ ਤੁਹਾਨੂੰ ਮੇਰਾ ਵਲੌਗ ਵਧੀਆ ਲੱਗੂਗਾ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅਤੇ ਆਏ ਫਿਰ ਆਪਾਂ ਆਪਣਾ ਨਵਾਂ ਵਲੌਗ ਸਟਾਰਟ ਕਰਦੇ ਹਾਂ। ਅੱਜ ਯਾਰ ਰਸ਼ ਬਿਲਕੁਲ ਨਹੀਂ ਹੈਗਾ ਇੱਥੇ, ਬਹੁਤ ਸੋਹਣਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਰਸ਼ ਨਹੀਂ ਹੈਗਾ। ਅਤੇ ਆਪਾਂ ਵੀਕਡੇਜ਼ 'ਚ ਆਏ ਹਾਂ, ਵੀਕਐਂਡ 'ਚ ਨਹੀਂ ਆਏ ਹੈਗੇ, ਉਹਦੇ ਕਰਕੇ ਵੀ ਆ ਇੱਥੇ ਤਾਂ ਸੋਹਣਾ ਵਿਊ ਦਿਖਦਾ ਹੈ ਨਾਇਗਰਾ ਦਾ। ਬਾਕੀ ਯਾਰ ਫਨ ਐਕਟੀਵਿਟੀਜ਼ ਬਹੁਤ ਜ਼ਿਆਦਾ ਹੈ, ਜ਼ਰੂਰੀ ਨਹੀਂ ਹੈਗਾ ਵੀ ਆਪਾਂ ਸਿਰਫ ਪਾਣੀ ਦੇਖ ਕੇ ਮੁੜ ਜਾਣਾ। ਇੱਥੇ ਸੋਹਣੀ ਫਨ ਐਕਟੀਵਿਟੀਜ਼ ਹੈ, ਇੱਥੇ ਲੋਕ ਆਉਂਦੇ ਨੇ ਆਪਣੇ ਬੱਚਿਆਂ ਨਾਲ, ਤੁਸੀਂ ਦੇਖ ਸਕਦੇ ਹੋ ਗੋਲਫ ਕਰ ਰਹੇ ਨੇ, ਗੋਲਫ ਖੇਡਦੇ ਪਏ ਨੇ। ਅਤੇ ਮੈਨੂੰ ਇਹ ਚੀਜ਼ ਸੋਹਣੀ ਲੱਗਦੀ ਹੈ ਇਹ ਗੋ ਕਾਰਟਿੰਗ। ਅਤੇ ਦੇਖਦੇ ਹਾਂ ਜੇ ਗੱਲ ਬਣੀ, ਕਿਉਂਕਿ ਇੱਥੇ ਹੈਲਮਟ ਅਲਾਉ ਹੁੰਦੀ ਹੈ ਅਤੇ ਆਪਾਂ ਪੱਗ ਬੰਨੀ ਹੋਈ। ਆਈ ਡੋਂਟ ਨੋ ਕਿ ਆਪਾਂ ਕਰ ਸਕਦੇ ਹਾਂ ਨਹੀਂ, ਜੇ ਪੱਗ ਦਾ ਕੋਈ ਸੀਨ ਨਾ ਹੋਇਆ ਫਿਰ ਤਾਂ ਆਪਾਂ ਡੈਫੀਨੇਟਲੀ ਕਰਾਂਗੇ। ਅਤੇ ਸਭ ਤੋਂ ਆਸ਼ਚਰਿਆਚਕਿਤ ਗੱਲ ਇਹ ਆ ਕਿ ਹਾਲੇ ਤੱਕ ਬਰਫ਼ ਦਾ ਨਾਮੋ ਨਿਸ਼ਾਨ ਨਹੀਂ ਹੈਗਾ, ਤੁਸੀਂ ਦੇਖ ਸਕਦੇ ਹੋ। ਬੜਾ ਠੰਡ ਕਾਫੀ ਜ਼ਿਆਦਾ, -14 ਹੋਇਆ ਪਿਆ ਅੱਜ। ਸੋਹਣਾ ਮਾਹੌਲ ਹੋਇਆ ਹੋਇਆ ਇੱਥੇ। ਅਤੇ ਅੱਜ ਦੇ ਵਲੌਗ 'ਚ ਮੈਂ ਤੁਹਾਨੂੰ ਬੇਸਿਕ ਐਕਟੀਵਿਟੀਜ਼ ਹੀ ਦਿਖਾਊਂਗਾ ਵੀ ਇੱਥੇ ਤਾਂ ਇਹ ਚੀਜ਼ ਹੁੰਦੀ ਹੈ। ਅਤੇ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਖਾਣ ਪੀਣ ਦਾ ਵੀ ਵਿੱਚ ਮਾਹੌਲ ਹੈਗਾ, ਛੋਟਾ ਜਿਹਾ ਫੂਡ ਕੋਰਟ ਹੈ। ਠੀਕ ਹੈ, ਮਤਲਬ ਹਰ ਤੁਹਾਨੂੰ ਬ੍ਰਾਂਡ ਦਾ ਖਾਣ ਨੂੰ ਮਿਲ ਜੂਗਾ, ਜੋ ਵੀ ਖਾਣਾ ਤੁਸੀਂ, ਪੀਜ਼ਾ ਵਗੈਰਾ ਹੋ ਗਿਆ ਜਾਂ ਹੋਰ ਕੁਛ ਹੋ ਗਿਆ। ਕੁਛ ਇੰਡੀਅਨ ਰੈਸਟੋਰੈਂਟ ਵੀ ਹੈਗੇ ਨੇ, ਬਟ ਇੱਥੇ ਤਾਂ ਮੈਨੂੰ ਲੱਗਦਾ ਨਹੀਂ, ਉਹ ਥੋੜ੍ਹੇ ਅੱਗੇ ਜਾ ਕੇ ਨੇ। ਸਕਾਈ ਵੀਲ ਦੀ ਸਭ ਤੋਂ ਜ਼ਿਆਦਾ ਫੈਸੀਨੇਟਿੰਗ ਚੀਜ਼ ਇਹ ਹੈ ਕਿ ਤੁਸੀਂ ਦੇਖ ਲਓ ਆਪਣੇ ਇੰਡੀਆ 'ਚ ਤਾਂ ਇਹ ਓਪਨ ਹੀ ਹੁੰਦੇ ਨੇ, ਜਿਹਨੂੰ ਆਪਾਂ ਚੰਡੋਲ ਕਹਿ ਦਿੰਦੇ ਨੇ, ਹੈ ਨਾ। ਅਤੇ ਇੱਥੇ ਦੇਖ ਲਓ ਸਾਰਾ ਹੀ ਬੁਕਸ ਬੰਦ ਹੈ, ਸੇਫਟੀ ਪੂਰੀ ਹੁੰਦੀ ਹੈ ਕਾਫੀ ਵੱਡਾ ਯਾਰ, ਅਲੱਗ ਹੀ ਐਕਸਪੀਰੀਅੰਸ ਆਊਗਾ ਜੇ ਆਪਾਂ ਕਰਾਂਗੇ। ਹਾਈਟ ਤੋਂ ਵੈਸੇ ਡਰ ਲੱਗਦਾ ਆਪਾਂ ਨੂੰ, ਬਟ ਸਟਿਲ ਕਰਨਾ ਚਾਹੀਦਾ ਇੱਕ ਵਾਰ, ਤਾਂ ਵਧੀਆ ਐਕਸਪੀਰੀਅੰਸ ਆਊਗਾ। ਬਾਕੀ ਸਾਹਮਣੇ ਇਹ ਗੇਮ ਜ਼ੋਨ ਵਗੈਰਾ ਆ ਗਿਆ ਇੱਥੇ, ਠੀਕ ਹੈ। ਇੱਥੇ ਬੋਲਿੰਗ ਵੀ ਹੁੰਦੀ ਆ, ਟੀਮ ਹੋਟਨਸ, ਇਹ ਤਾਂ ਮਸਟ ਹੈ, ਹਰ ਜਗ੍ਹਾ ਹੁੰਦਾ ਹੀ ਆ ਕੈਨੇਡਾ 'ਚ। ਨੂੰ ਕਲਿਫਟਨ ਹਿੱਲ ਕਹਿੰਦੇ ਆ ਹੁਣ ਇਸ ਜਗ੍ਹਾ ਨੂੰ, ਮਤਲਬ ਸ਼ਾਮ ਨੂੰ ਤਾਂ ਰੌਣਕਾਂ ਹੁੰਦੀਆਂ ਹੀ ਹੈ, ਅੱਜ ਫਿਰ ਵੀ ਥੋੜ੍ਹਾ ਜਿਹਾ ਘੱਟ ਰਸ਼ ਹੈ, ਵੀਕਐਂਡ 'ਤੇ ਤਾਂ ਬਹੁਤ ਜ਼ਿਆਦਾ ਰਸ਼ ਹੁੰਦਾ ਇਸ 'ਚ। ਅਤੇ ਤੁਸੀਂ ਆ ਸਕਦੇ ਹੋ ਜਦ ਮਰਜ਼ੀ, ਜਿਵੇਂ ਹੁਣ ਠੰਡ ਹੋਈ ਵੀ ਹੈ ਅਤੇ ਉਹਦੇ ਕਰਕੇ ਵੀ ਥੋੜ੍ਹਾ ਜਿਹਾ ਰਸ਼ ਘਟਿਆ ਹੋਇਆ, ਬਟ ਸਨੋਅ 'ਚ ਅਲੱਗ ਨਜ਼ਾਰਾ ਇੱਥੇ ਦਾ। ਅਤੇ ਮਸਟ ਵਿਜ਼ਿਟ ਸਪੋਟ ਹੈ, ਜ਼ਰੂਰੀ ਨਹੀਂ ਹੈਗਾ ਵੀ ਉੱਥੇ ਪਾਣੀ ਦੇ ਨੇੜੇ ਹੀ ਸਭ ਕੁਝ ਹੁੰਦਾ ਹੈ, ਜੇ ਤੁਸੀਂ ਇਸ ਸਾਈਡ ਵੀ ਆਉਂਦੇ ਹੋ ਤਾਂ ਇੱਧਰ ਵੀ ਪੂਰਾ ਫਨ ਹੁੰਦਾ ਹੈ। ਇੱਥੇ ਪਤਾ ਕੀ ਸੀਨ ਹੈ ਵੀ ਜਦੋਂ ਵੀ ਤੁਸੀਂ ਆਉਂਦੇ ਹੋ, ਹਰ ਸੀਜ਼ਨ ਦਾ ਆਪਣਾ ਮਜ਼ਾ ਹੈ ਇੱਥੇ। ਜਦੋਂ ਤੁਸੀਂ ਸਨੋਅ 'ਚ ਆ ਗਏ ਹੋ, ਸਨੋਅ ਦਾ ਆਪਣਾ ਫਨ ਹੈ। ਜਦੋਂ ਤੁਸੀਂ ਹੈ ਨਾ ਫਾਲ 'ਚ ਆ ਰਹੇ ਹੋ ਜਾਂ ਸਮਰ 'ਚ ਆ ਰਹੇ ਹੋ, ਉਹਦਾ ਆਪਣਾ ਫਨ ਹੈ, ਬਟ ਮਸਟ ਵਿਜ਼ਿਟ ਸਪੋਟ ਹੈ। ਜਿਵੇਂ ਇੱਥੇ ਹੈ ਗੇਮਿੰਗ ਜ਼ੋਨ ਹੈ, ਕਾਫੀ ਚੀਜ਼ਾਂ ਨੇ ਆ, ਡਰੈਕੁਲਾ ਹੌਂਟਡ ਕਾਸਲ ਹੈ, ਠੀਕ ਹੈ, ਬੱਚਿਆਂ ਲਈ ਕਾਫੀ ਜ਼ਿਆਦਾ ਘੈਂਟ ਚੀਜ਼ਾਂ ਨੇ। ਸੋ ਗਾਇਜ਼, ਇੱਥੇ ਗ੍ਰੇਟ ਕੈਨੇਡੀਅਨ ਗੇਮਸ ਕਰਕੇ ਹੈ ਇਹ,
ਬਾਕੀ ਕਦੇ ਮੈਂ ਗਿਆ ਨਹੀਂ ਅੰਦਰ, ਅਤੇ ਹੁਣ ਤੁਹਾਨੂੰ ਅੰਦਰ ਜਾ ਕੇ ਦਿਖਾਉਂਦੇ ਹਾਂ। ਟਰਾਈ ਕਰਦਾ ਕੋਈ ਗੇਮ ਗੂਮ ਜੋ ਵਧੀਆ ਲੱਗੀ ਤਾਂ ਆਪਾਂ ਜ਼ਰੂਰ ਦਿਖਾਵਾਂਗੇ। ਬੱਚਿਆਂ ਲਈ ਜ਼ਿਆਦਾ ਸੀਨ ਹੈ ਇੱਥੇ, ਇੱਥੇ ਤਾਂ ਟੋਕਨ ਲੈਣੇ ਹੁੰਦੇ ਨੇ ਅਤੇ ਟੋਕਨ ਦੇ ਹਿਸਾਬ ਨਾਲ ਗੇਮਸ ਹੁੰਦੀਆਂ ਨੇ। ਵਿਨਿੰਗ ਹੈਮਰ ਇੱਕ ਵਾਰ ਪਹਿਲਾਂ ਗੇੜਾ ਮਾਰ ਲੈਂਦੇ ਹਾਂ, ਫਿਰ ਦੇਖਦੇ ਹਾਂ ਵੀ ਕਿਹੜੀ ਜ਼ਿਆਦਾ ਪਸੰਦ ਆਉਂਦੀ ਹੈ ਆਪਾਂ ਨੂੰ। ਇੱਥੇ ਸਹੀ ਹੈ ਯਾਰ, ਬਾਹਰ ਨਾਲੋਂ ਠੰਡ, ਇਹ ਹੈਮਰ ਵਾਲੀ ਆ ਗਈ। ਦੇਖ ਸਕਦੇ ਹੋ ਛੋਟੇ ਬੱਚੇ ਜ਼ਿਆਦਾ ਨੇ ਇੱਥੇ, ਗੇਮਸ ਦਾ ਮਜ਼ਾ ਯਾਰ। ਬੇਸਿਕਲੀ ਤੁਸੀਂ ਇੱਥੇ ਤੇ ਟੋਕਨ ਲੈਣਾ ਹੈ, ਉਹ ਟੋਕਨ ਦੇ ਪੁਆਇੰਟਸ ਘੱਟ ਜਾਣਗੇ ਤੁਹਾਡੇ, ਅਤੇ ਆਪਣੀ ਕੋਈ ਵੀ ਗੇਮ ਤੁਸੀਂ ਖੇਡ ਸਕਦੇ ਹੋ। ਇਹ ਸੋਹਣੀ ਗੇਮ ਹੈ ਦੇਖੋ ਤੁਸੀਂ, ਇੱਥੇ ਟੋਕਨ ਲੈ ਕੇ ਸ਼ੂਟਿੰਗ ਕਰਨੀ ਹੈ ਬਸ ਆਪਾਂ, ਜਿਵੇਂ ਇਹ ਕਰ ਰਹੇ ਨੇ ਫਾਦਰ ਸਨ। ਆਹ ਵੀ ਸਹੀ ਹੈ ਗਾਇਸ, ਇਹ ਤੁਸੀਂ ਬਾਈਕ ਰਾਈਡ ਕਰ ਸਕਦੇ ਹੋ। ਕਨੈਕਟੀਵਿਟੀਜ਼ ਬਹੁਤ ਨੇ ਯਾਰ ਇੱਥੇ, ਗੁੱਡ ਐਕਸਪੀਰੀਅੰਸ ਹੈ ਜੇ ਤੁਸੀਂ ਕਰੋਗੇ। ਉਹ ਦੇਖੋ ਬੱਚੇ ਇੰਜੋਏ ਕਰਦੇ ਪਏ ਆਪਣਾ। A few moments later. ਬਿਲਕੁਲ ਨਾਇਆਗਰਾ ਦੇ ਸਾਹਮਣੇ ਪਹੁੰਚ ਚੁੱਕੇ ਹਾਂ, ਮੇਰੇ ਓਪੋਜ਼ਿਟ ਸਾਈਡ 'ਤੇ ਨਾਇਆਗਰਾ ਫਾਲਸ ਹੈ, ਅਤੇ ਇੱਥੇ ਨਾ ਇੱਕ ਇਹਨਾਂ ਨੇ ਇਹ ਚੀਜ਼ ਲਾਈ ਹੋਈ ਹੈ, ਫਸਟ ਟਾਈਮ ਦੇਖ ਰਿਹਾ ਮੈਂ ਇੱਧਰ। ਇਹ ਤੁਸੀਂ ਪੌਜ਼ ਕਰਕੇ ਪੜ੍ਹ ਸਕਦੇ ਹੋ, ਆਪਟਿਕ ਕਹਿੰਦੇ ਨੇ ਇਹਨੂੰ, ਇਹਨੂੰ ਘੁਮਾਇਆ ਜਾ ਰਿਹਾ ਅਤੇ ਉਸ ਤਰ੍ਹਾਂ ਹੀ ਆਵਾਜ਼ਾਂ ਆ ਰਹੀਆਂ ਨੇ। ਅਲੱਗ ਹੀ ਐਕਸਪੀਰੀਅੰਸ ਹੈ ਯਾਰ ਇਹ ਵੀ। ਇਹ ਸਿਰਫ ਵਿੰਟਰ 'ਚ ਹੀ ਲਾਉਂਦੇ ਨੇ ਇਹ, ਕਿਉਂਕਿ ਸਮਰ 'ਚ ਨਹੀਂ ਦੇਖਿਆ ਨਹੀਂ ਆਪਾਂ ਇਹਨੇ, ਬੱਚਿਆਂ ਲਈ ਸਹੀ ਚੀਜ਼ ਆ ਇਹ। ਉਹ ਜਿਵੇਂ ਵੀ ਆਪਾਂ ਘੁਮਾਉਣਾ ਇਹਨੂੰ, ਚਾਹੇ ਕਲੋਕਵਾਈਜ਼ ਜਾਂ ਐਂਟੀ ਕਲੋਕਵਾਈਜ਼, ਇਹਨੇ ਅਲੱਗ ਮਿਊਜ਼ਿਕ ਕੱਢਣਾ ਹੈ। ਦੇਖੋ ਤੁਸੀਂ
ਦੇਖੋ ਹੈ ਅਲੱਗ ਮਿਊਜ਼ਿਕ, ਸੋਹਣਾ ਲੱਗ ਰਿਹਾ ਯਾਰ ਇਹ। ਵਿੰਟਰ ਐਕਸਪੀਰੀਅੰਸ ਆਪਣਾ ਵਧੀਆ ਰਿਹਾ, ਬਟ ਮੇਕ ਸ਼ੋਰ ਜਦੋਂ ਵੀ ਤੁਸੀਂ ਆਓ ਇੱਥੇ ਗਲਵਸ ਵਗੈਰਾ ਜ਼ਰੂਰ ਲੈ ਕੇ ਆਇਓ ਜੇ ਤੁਸੀਂ ਵਿੰਟਰ 'ਚ ਆ ਰਹੇ ਹੋ। ਜੇ ਸਮਰ 'ਚ ਆ ਰਹੇ ਹੋ ਤਾਂ ਉਹਦਾ ਕੋਈ ਚੱਕਰ ਵਾਲੀ ਗੱਲ ਨਹੀਂ, ਕਿਉਂਕਿ ਇਸ ਟਾਈਮ ਸ਼ਾਮ ਨੂੰ ਹਵਾ ਬਾਹਲੀ ਚੱਲਣ ਲੱਗ ਜਾਂਦੀ ਹੈ ਅਤੇ ਕਾਫੀ ਬੁਰਾ ਹਾਲ ਹੁੰਦਾ ਹੈ ਫਿਰ ਜੇ ਤੁਹਾਡੇ ਕੋਲ ਗਲਵਸ ਨਾ ਹੋਣ ਤਾਂ। ਮੇਕ ਸ਼ੋਰ ਕਰਿਓ ਆਪਣੇ ਗਲਵਸ ਜ਼ਰੂਰ ਲੈ ਕੇ ਆਇਓ। ਅਤੇ ਇਹਦੇ ਨਾਲ ਹੀ ਆਪਾਂ ਅੱਜ ਦਾ ਵਲੋਗ ਇੱਥੇ ਰੈਪ ਅਪ ਕਰਦੇ ਹਾਂ। ਆਈ ਹੋਪ ਤੁਹਾਨੂੰ ਮੇਰਾ ਅੱਜ ਦਾ ਵਲੋਗ ਵਧੀਆ ਲੱਗਿਆ ਹੋਣਾ। ਆਉਣ ਵਾਲੇ ਵਲੋਗ ਦੇ ਲਈ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਮਾਈ ਚੈਨਲ ਨੇਮ ਇਜ਼ ਕਿਰਨ ਨੇਸ਼ਨ, ਅਤੇ ਮੈਨੂੰ ਇੰਸਟਾ 'ਤੇ ਫੋਲੋ ਕਰਿਓ, ਮਾਈ ਇੰਸਟਾਗ੍ਰਾਮ ਨੇਮ ਇਜ਼ ਕਿਰਨ ਦੀ ਪ੍ਰਾਈਵ ਵਲੋਗ। ਓਕੇ ਪੀਸ ਆਊਟ।